ਮੇਰੇ ਵੱਲੋਂ ਸਭ ਭੈਣ ਭਾਈਆਂ ਨੂੰ ਸਲਾਮ ਹੋਵੇ ਜਾਗਤਾਂ ਬਜ਼ੁਰਗਾਂ ਤੇ ਮਾਈਆਂ ਨੂੰ ਸਲਾਮ ਹੋਵੇ ਪ੍ਰੋਗਰਾਮ ਲੈ ਕੇ ਹਾਜ਼ਰ ਆਇਆ ਮਾਂ ਅੱਜ ਦੀ ਗੱਲ ਅੱਜ ਦੀ ਗੱਲ ਬੜੀ ਖੁਸ਼ੀ ਦੇ ਨਾਲ ਇਹ ਕਹਿਣਾ ਚਾ ਰਿਹਾ ਤੇ ਤੁਹਾਨੂੰ ਦੱਸਣਾ ਚਾਹਣਾ ਕਿ ਪਾਸਟਰ ਵਿੱਕੀ ਜਿਨ੍ਹਾਂ ਨੂੰ ਉਹਨਾਂ ਦੇ ਦੂਸਰੇ ਮੁਕਦਮੇ ਦੇ ਵਿੱਚੋਂ ਵੀ ਜ਼ਮਾਨਤ ਮਿਲ ਗਈ ਮੈਂ ਨਾ ਸਾਰਿਆਂ ਮਿਹਨਤਾਂ ਲਈ ਖੁਦਾ ਦਾ ਸ਼ੁਕਰ ਗੁਜ਼ਾਰਾ ਕਰਨਾ ਤੇ ਅੱਜ ਮੈਂ ਉਹਨਾਂ ਲੋਕਾਂ ਦਾ ਵੀ ਸ਼ੁਕਰ ਗੁਜ਼ਾਰਾ ਕਰਾਂਗਾ ਜਿਨ੍ਹਾਂ ਨੇ ਪਾਸਟਰ ਵਿੱਕੀ ਦੀ ਰਹਾਈ ਲਈ ਦਿਨ ਰਾਤ ਅੰਥਕ ਮਿਹਨਤ ਕੀਤੀ ਹੈ ਆਪਣਾ ਵੇਲਾ ਦਿੱਤਾ ਉਹਨਾਂ ਨੇ ਆਪਣੇ ਹਰ ਇੱਕ ਜਿਹੜਾ ਵੀ ਉਹਨਾਂ ਕੋਲ ਜ਼ਰਾ ਹੈ ਕਿਸੇ ਉਹਨਾਂ ਦਾ ਇਸਤੇਮਾਲ ਕੀਤੇ ਨੇ ਉਹਨਾਂ ਨੇ ਖਾਸ ਤੌਰ ਤੇ ਲਾਹੌਰ ਚ ਬਹੁਤ ਸਾਰੇ ਸਾਥੀ बहुत सारे कराची तो और मैं उन्होंने तमाम लोगों का जिन्हें सैफरिस्त मिनाडी अलायंस चेयरमैन जनाब पाकिस्तान के सिपा सरार अकमल भट्टी साहब जिन्होंने और उन्होंने तमाम बुकला टीम दिन रात की मेहनत न पास विखी आजाद हो सके और मैं अपनी भैन पास गजाला शफीक जिन्होंने कराची तो सफर करके फैसलाबाद से सफर किया और उन्होंने दिन रात मेहनत की पाकिस्तान मसीहा मिन्नत पार्टी के चेयरमैन जनाब असल पे सोथा और उन्होंने सारी टीम जिन्होंने पासे विकी ली हर एक ਫੋਰਮ ਦੇ ਉੱਤੇ ਜਾ ਕੇ ਉਹਨਾਂ ਨੇ ਆਪਣੀ ਆਵਾਜ਼ ਬੁਲੰਦ ਕੀਤੀ ਅਸੀਂ ਇਹਨਾਂ ਸਾਰਿਆਂ ਦੇ ਨਾਲ ਪੈਸੀਫਿਕ ਦੀ ਉਸ ਕਲੀਸਿਆ ਲਈ ਸ਼ੁਕਰਗੁਜ਼ਾਰਾਂ ਜਿਨ੍ਹਾਂ ਨੇ ਭਰਪੂਰ ਤਰੀਕੇ ਨਾਲ ਆਪਣੇ ਪਾਸ ਤੋਂ ਜੀਦਾ ਸਾਥ ਦਿੱਤਾ ਹੈ। ਔਰ ਅੱਜ ਪੈਸੀਫਿਕ ਦੀ ਫੈਮਿਲੀ ਉਹ ਸਾਰੇ ਨਾਹਾਇਤ ਖੁਸ਼ੀ ਦੇ ਨਾਲ ਭਰੇ ਹੋਏ ਨੇ। ਕਸਵਿਕੀ ਦੇ ਇਹ ਸਾਰੇ ਵਕਤ ਦੇ ਵਿੱਚ ਅਸੀਂ ਵੇਨੇ ਆ ਮਸੀਹੀ ਕੌਮ ਨੇ ਨਹੀਂ तमाम ਚਰਚੀਜ਼ ਨੇ तमाम ਬਿਸ਼ਪ ਸਹਿਬਾਨ तमाम ਪਾਸਬਾਨਾ ਨੇ ਆਪਣੀ ਆਪਣੀ ਜਗ੍ਹਾ ਤੇ ਉਹਨਾਂ ਲਈ ਬੜੀ ਮਿਹਨਤ ਕੀਤੀ ਹੈ ਲੇਕਿਨ دل ਤੇ ਬੜੀ ਸ਼ੁਕਰਗੁਜ਼ਾਰੀ ਨਾਲ ਭਰਿਆ ਪਿਆ ਹੈ ਤੇ ਅੱਜ ਦੇ ਲਈ ਵੀ ਜਦੋਂ ਕਿ ਅੱਜ ਫੇਰ ਦੁਬਾਰਾ ਕਿ ਇੱਕ ਖਾਸ ਤੌਰ ਤੇ ਜਿਵੇਂ ਪਾਕਿਸਤਾਨੀ ਮਸੀਕ ਕੌਮ ਦੇ ਸਿਪਾਸਾਰ ਐਡਵੋਕੇਟ ਅਕਮਲ ਵਾਟੀ ਸਾਹਿਬ ਜਿਹੜੇ ਅੱਜ ਜੜਾਂ ਵਾਲਾ ਕੇਸ ਲਈ ਦੁਬਾਰਾ ਅਦਾਲਤ ਦੇ ਵਿੱਚ ਹਾਜ਼ਰ ਹੋਏ ਨੇ ਤਾਂ ਕਿ ਸਭ ਤੋਂ ਵੱਡਾ ਜਿਹੜਾ ਸਾਡੇ ਲਈ ਸਾਨੀਹਾ دہشت گردੀ ਜ਼ੁਲਮ ਜਿਹੜਾ ਸਾਡੇ ਨਾਲ ਹੋਇਆ ਉਹ ਇਹਵੇ ਬਾਈਬਲ ਮੁਕੱਦਸ ਦਾ ਜਲਾਇਆ ਜਾਣਾ ਚਰਚਿਸ ਦਾ ਜਲਾਇਆ ਜਾਣਾ ਅੱਜ 5 ਅਕਤੂਬਰ ਹੋ ਗਈਏ 16 ਅਗਸਤ ਦਾ ਇਹ ਵਾਕਿਆ ਹੋਇਆ ਮੈਂ 9 ਮਈ ਦਾ ਵਾਕਿਆ ਵੇਖਾਂ ਮੈਂ ਹਕੂਮਤਿਆਲਾ ਦੀ ਨਿਗਾਹ ਲੈ ਜਾਣਾ ਚਾਹਨਾ ਅਦਾਲਤ ਉਸਮਾਨ ਨੂੰ ਇੱਧਰ ਲਿਆਣਾ ਚਾਹਨਾ 9 ਮਈ ਦਾ ਜਦੋਂ ਵਾਕਿਆ ਹੋਇਆ ਹਕੂਮਤੀ ਮਿਸ਼ਨਰੀ ਇਨੀਆਂ ਸਪੀਟਾਂ ਫੜ ਲੀਆਂ ਸਨ ਕਿ ਇੱਕਦਮੀ 3000 4000 ਬੰਦਾ ਫੜਿਆ ਗਿਆ ਲੇਟਿਨ ਤੁਸੀਂ ਵੇਖਦੇ ਹੋ ਤੁਹਾਡੀ ਨਿਗਾਹ ਦੇ ਵਿੱਚ ਬਾਈਬਲ ਮੁਕਤ ਤਸੇ ਜਲਾਇਆ ਜਾਣਾ ਚਰਚੀ ਦਾ ਜਲਾਇਆ ਜਾਣਾ ਸवाय ਮਜ਼ਮਤੀ ਬਿਆਨਾਂ ਤੋਂ ਇਲਾਵਾ ਉਸਰੀ ਕੇ ਨਾਲ ਹਕੂਮਤੀ ਮਿਸ਼ਨਰੀ ਹਰਕਤ ਕਰਦੀ ਨਜ਼ਰ ਨਹੀਂ ਜਾਈ ਅਸੀਂ ਤੇ ਭੁੱਖੇ ਕਾਵਾਂ ਵਾਲੀ ਵਿੰਦੇ ਰਹਿ ਗਏ ਆ ਜਿਵੇਂ ਭੁੱਖੇ ਕਾਂ ਆਪਣੀ ਖੁਰਾਕ ਲੱਭਦੇ ਨੇ ਸ਼ਾਇਦ ਸਾਨੂੰ ਕੋਈ ਚੰਗੀ ਖਬਰ ਮਿਲ ਜਾਵੇ ਇੰਜ ਹੋਇਆ ਨਹੀਂ ਬਲਕਿ ਮੈਂ ਦੇ ਕਵਾਂਗਾ तमाम ਤਜਜ਼ੀਆ ਨਿਗਾਰਾ ਦੀ ਨਿਗਾਹ اور میڈیا ਦੀ ਨਿਗਾਹ ਦੇ ਮੁਤਾਬਕ 파ਸੇ ਵੀ ਕੀ ਦੇ ਕੇਸ ਨੂੰ ਸਾਹਮਣੇ ਲਿਆ ਕੇ ਜੜਾਂ ਵਾਲੇ ਕੇਸ ਨੂੰ ਖੁੱਡੇ ਲੈਣ ਲਾ ਦਿੱਤਾ ਗਿਆ ਇੰਜ ਨਹੀਂ ਇਹ ਗੱਲ ਗਲਤ ਹੈ ਅੱਜ ਫੇਰ ਮੈਂ ਕਵਾਂਗਾ 5 ਤਰੀਖ ਹੋ ਗਈ ਏ 5 ਅਕਤੂਬਰ 16 ਅਗਰ ਦਾ ਵਾਕਿਆ ਏ ਬਲਕੇ ਬਹੁਤ ਸਾਰੇ ਲੋਕਾਂ ਨੂੰ ਜ਼ਮਾਨਤਾਂ ਵੀ ਦੇ ਦਿੱਤੀਆਂ ਗਈਆਂ ਨੇ ਕਿਆ ਅਸੀਂ ਇਹ ਕਵਾਂਗੇ ਕਿ ਪਾਕਿਸਤਾਨ ਚ ਜਿਹੜੇ ਦੂਸਰੇ ਬਹੁਤ ਸਾਰੇ ਲੋਕਾਂ ਦਾ ਕਹਿੰਦੇ ਕਿ ਪਾਕਿਸਤਾਨ ਚ ਅਮੀਰ ਲਈ ਕਾਨੂੰਨ ਹੋਰ ਹੈ ਤਗੜੇ ਵਾਸਤੇ ਕਾਨੂੰਨ ਹੋਰ ਹੈ ਤਗੜੇ ਲਈ ਕਾਨੂੰਨ ਹੋਰ ਤੇ ਮਾੜੇ ਲਈ ਕਾਨੂੰਨ ਹੋਰ ਮਾੜਾ ਸਾਨੂੰ ਸਮਝ ਕੇ ਤੇ ਸਾਡੇ ਕੇਸ ਨੂੰ ਖੁੱਡੇ ਲੈ ਲਾ ਦਿੱਤਾ ਗਿਆ ਜਨਾਬੇ ਆਲਾ ਹਕੂਮਤੀ ਮਿਸ਼ਨਰੀ ਨਹੀਂ ਚਾਹੀਦਾ ਸੀ ਇਹ ਮਸ਼ੀਨਰੀ ਜਿਹੜੀ ਸੀ ਇਹਦੇ ਲਈ ਬੜੀ ਸਪੀਡ ਹੋਣੀ ਚਾਹੀਦੀ ਸੀ ਕੀ ਅਸੀਂ ਜਿਹੜੇ ਲਫ਼ਜ਼ ਸੁਨੇ ਆ ਤੁਸੀਂ ਸਾਡੇ ਮੂੰਹ ਤੇ ਕਹਿੰਦੇ ਜੇ ਕਿ ਤੁਰਾਇਤ ਜ਼ਬੂਰ ਅੰਜੀਲ ਜਿਨੀ ਦੇ ਤੱਕ ਹੀ ਨਾਮ ਬੰਨੀਏ ਲੇਕਿਨ ਜਨਾਬੇ ਆਲਾ ਤੁਰਾਇਤ ਜ਼ਬੂਰ ਅੰਜੀਲ ਪਾਕ ਦੀ ਬੇਹਰਮਤੀ ਤੇ ਰੱਜ ਕੇ ਸਾੜ ਦਿੱਤੀਆਂ ਗਈਆਂ ਨੇ ਇਹ ਬੇਹਰਮਤੀ ਤੁਹਾਡੀ ਨਿਗਾਹ ਚ ਨਹੀਂ ਆਦਨੀ ਪਈ ਸਵਾਏ ਮੁਜ਼ਮਤੀ ਲਫ਼ਜ਼ਾ ਦੇ ਅੱਜ ਮੈਂ ਉਹਨਾਂ ਆਪਣੇ ਸਿਪਾਸਲਾਰਾਂ ਨੂੰ ਸਲਾਮ ਕਰਨਾ ਪਿਆ ਜਿਹੜੇ ਅੱਜ ਅਦਾਲਤ-ਏ-ਉਸਮਾ ਦੇ ਕੋਲ ਪੇਸ਼ ਹੋਏ ਨੇ ਇਸ ਵੀਜ਼ ਉੱਤੇ ਜਿਵੇਂ ਉਹ ਕਹਿ ਰਹੇ ਸਨ ਕਿ ਅਸੀਂ ਯਕੀਨ ਰੱਖਦੇ ਹਾਂ ਅਦਾਲਤ ਉਸਮਾ ਤੇ ਕਿ ਪਾਸੇ ਵੀ ਕੀ ਵੰਗਰ ਸਾਨੂੰ ਇਨਸਾਫ ਮਿਲੇਗਾ ਬਹੁਤ سارے ਚਰਚੀਜ਼ ਦਿੱਤੇ ਆ ਇਹ ਤੱਕ ਐਫ ਆਈ ਆ ਰਹੀ ਨਹੀਂ ਦੇ ਦਰਜ ਹੋ ਸਕੀਆਂ ਕਿ ਅਸੀਂ ਨਹੀਂ ਦਰਜ ਉਤੇ ਪਏ ਇਹ ਗੱਲ ਕਰਕੇ ਕਿ ਪਹਿਲਾਂ ਤੁਸੀਂ ਸਿਰਫ ਚਾਰ ਚਰਚਾ ਦਾ ਰੌਲਾ ਫਿਰ ਬਾਅਦ ਵਿੱਚ ਤੁਸੀਂ ਭਾਈ ਜਨਾਬੇ ਵਾਲਾ 40 ਚਰਚਾ ਨੂੰ ਜਲਾਇਆ ਗਿਆ لیکن تمام دنیا ਨੂੰ ਇਹ ظاہر ਕਰ ਲਈ ਕਿ ਇਹਨਾਂ ਤੇ ਕੋਈ ਜ਼ੁਲਮ ਨਹੀਂ ਹੋਇਆ جناب ਜ਼ੁਲਮ ਦੀ داستان ਅਸੀਂ ਛੇੜ ਦਈਏ ਤੇ ਸਾਡੇ ਤੇ ਦਿਨ ਰਾਤ ਹੀ ਖਤਮ ਹੋ ਜਾਣਗੇ ਪਰ ਜ਼ੁਲਮ ਦੀਆਂ داستانਾਂ ਨਹੀਂ ਖਤਮ ਹੋਣਗੀਆਂ ਜਿਨ੍ਹਾਂ ਕੋ ਜ਼ੁਲਮ میرے ਤੇ ਹੁੰਦਾ ਪਿਆ ਹੈ ਪਾਕਿਸਤਾਨ 'ਚ ਸਾਡੇ ਤੇ ਜਿਹੜਾ ਜ਼ੁਲਮ ਹੁੰਦਾ ਹੈ ਉਹਦਾ بیان ਸਾਡੇ ਵਿਸਾਦ ਤੋਂ ਬਾਹਰ ਹੈ ਸਾਡੀ ਤਾਕਤ ਤੋਂ ਵੀ ਬਾਹਰ ਹੈ ਅੱਗੇ ਅਦਾਲਤ-ਏ-ਉਜ਼ਮਾ ਏਜੰਸੀਜ਼ ਸਪੈਸ਼ਲ ਫੋਰਸੇਜ਼ اور ਅਫਵਾਜੇ ਪਾਕਿਸਤਾਨ ਦੇ ਕੀ ਇਲਤੀਜਾ ਕਰਨੇ ਪਿਆ ਸਾਡਾ ਬਿਲਕੁਲ ਸਹੀ ਤਰੀਕੇ ਨਾਲ ਇਨਸਾਫ ਕਰੋ ਹੁਣ ਤੇ ਸਾਡੇ ਬਹੁਤ ਸਾਰੇ ਆਵਾਜ਼ਾਂ ਨੇ ਕਿ ਅਸੀਂ ਕੀ ਪਾਕਿਸਤਾਨ ਦੇ ਕਿਸੇ ਵੋਟ ਦਾ ਕੀ ਕਰੀਏ ਅਸੀਂ ਤੇ ਪਾਕਿਸਤਾਨ ਦੇ ਅੰਦਰ ਆਪਣੇ ਹਰ ਵੋਟ ਦਾ ਬਾਈਕਾਟ ਕਰਨ ਲਈ ਵੀ ਤਿਆਰ ਹੋ ਗਏ ਹਾਂ ਇਸ ਲਈ ਕਿ ਜਿਨ੍ਹਾਂ ਨੂੰ ਹੀ ਵੋਟ ਦਵਾਂਗੇ ਉਹ ਵੀ ਸਾਡੀ ਗੱਲ ਕਰਨ ਵਾਲੇ ਨਹੀਂ ਹੈਗੇ ਤੇ ਜਿਨ੍ਹਾਂ ਨੂੰ ਤੁਸੀਂ ਸਾਡੇ ਲਈ ਖਿਲਾੜ ਦੇਣਾ ਉਹ ਸਾਡੀ ਗੱਲ ਕਰਦੇ ਨਹੀਂ ਉਹ ਜਨਾਬ ਭਾਵੇਂ ਉਹ ਪੀਟੀਆਈ ਵਾਲੇ ਨੇ ਭਾਵੇਂ ਉਹ ਪੀਪਲ ਪਾਰਟੀ ਵਾਲੇ ਨੇ ਭਾਵੇਂ ਉਹ ਨੂਨ ਲੀਗ ਵਾਲੇ ਨੇ ਭਾਵੇਂ ਉਹ ਕਾਫਲੀ ਕਾਂ ਵਾਲੇ ਕਿਉਂ ਨਾ ਹੋਣ ਉਹ ਤੁਹਾਡੇ ਤੁਹਾਡੇ ਨੁਮਾਇੰਦੇ ਸਾਡੇ ਲਈ ਉਹ ਸਾਡੇ ਨੁਮਾਇੰਦੇ ਨਹੀਂ ਆਉਂਦੇ ਉਹ ਉਹ ਗੱਲ ਕਰਦੇ ਨੇ ਜਿਹੜੀ ਕਿ ਤੁਸੀਂ ਉਹਨਾਂ ਦੇ ਮੂੰਹ ਚ ਪਾਉਂਦੇ ਜੀ हां ਕਦੀ ਕਦਾ ਕੋਈ ਆਪਣਾ ਕਲਿੱਪ ਬਣਵਾਣ ਲਈ ਉਹ ਇਜਾਜ਼ਤ ਲੈ ਲੈਂਦੇ ਨੇ ਕਿ ਵੀ ਅਸੀਂ ਇਹ ਗੱਲ ਕਰ ਲਈਏ ਤਾਂ ਕਿ ਮਸੀਹ ਕੰਪਲ ਹੋਈਏ ਅਸੀਂ ਤੁਹਾਡੀ ਗੱਲ ਕਰਨਿਆਂ ਪਰ ਉਹ ਸਾਰਾ ਡਰਾਮਾ ਹੁਣ ਸਾਡੇ ਅੱਗੇ ਨਹੀਂ ਚੱਲਣਾ ਜਿੰਨਾ ਕੋ ਜ਼ੁਲਮ ਹੋ ਚੁੱਕਿਆ ਹੈ ਹੁਣ ਇਹ ਡਰਾਮੇ ਸਾਡੇ ਅੱਗੇ ਨਹੀਂ ਚੱਲਣੇ ਇਹ ਜਿਹੜੀ ਆਬਾਦੀ ਜਾਣਗੇ ਇਹਨਾਂ ਦਾ ਵਰਪੂ ਤਰੀਕੇ ਨਾਲ ਅਸੀਂ ਮਹਾਸਰਾ ਕਰਾਂਗੇ ਇਹ ਕਿਉਂ ਸਾਡੇ ਘਰਾਂ ਚ ਆਏ ਨੇ ਇਹ ਕਿਉਂ ਆਬਾਦੀਆਂ ਦੇ ਵਿੱਚ ਆਉਂਦੇ ਪਏ ਨੇ ਇਸ ਤੋਂ ਕਿ ਸਾਡੇ ਨਾਲ ਇਨਸਾਫ ਇਨਸਾਫ ਹੋਣਾ ਚਾਹੀਦਾ ਹੈ ਕਿਉਂਕਿ ਸਾਨੂੰ ਇਨਸਾਫ ਨਹੀਂ ਮਿਲਦਾ ਜੇ ਇਨਸਾਫ ਮਿਲਦਾ ਹੁੰਦਾ ਤੇ ਅੱਜ ਜੜਾ ਵਾਲਾ ਦਾ ਕੇਸ ਕਦੀ ਵੀ ਸਾਹਮਣੇ ਨਾ ਆਉਂਦਾ ਜੇ ਇਨਸਾਫ ਸ਼ਾਂਤੀ ਨਗਰ ਤੇ ਟਿੱਬੇ ਦਾ ਹੁੰਦਾ ਤੇ ਕਦੀ ਜੜਾ ਵਾਲੇ ਦਾ ਨਾ ਹੁੰਦਾ ਜੇ ਇਨਸਾਫ ਕਸੂਰ ਬੋਮਣੀ ਵਾਲੇ ਦੇ ਵਿੱਚ ਇਨਸਾਫ ਹੁੰਦਾ ਤੇ ਜੜਾ ਵਾਲੇ ਦੇ ਵਾਕਿਆ ਨਾ ਹੁੰਦਾ ਜੇ ਇਨਸਾਫ ਮਰਦਾਂ ਦੇ ਵਿੱਚ ਹੁੰਦਾ ਤੇ ਫਿਰ ਜੜਾ ਵਾਲਾ ਦਾ ਕੇਸ ਕਦੀ ਨਹੀਂ ਸੀ ਹੋਣਾ ਜੇ ਗੋਦਲੇ ਦੇ ਵਿੱਚ ਇਨਸਾਫ ਹੁੰਦਾ ਤੇ ਜੜਾ ਵਾਲੇ ਦਾ ਕੇਸ ਨਹੀਂ ਸੀ ਹੋਣਾ ਜੇ ਇਨਸਾਫ ਹੁੰਦਾ ਤੇ ਰਿੰਸ਼ਾ ਦੇ ਨਾਲ ਇੰਜਾ ਹੁੰਦਾ ਜੇ ਰਿੰਸ਼ਾ ਦਾ ਇਨਸਾਫ ਹੁੰਦਾ ਤੇ ਜੜਾ ਵਾਲੇ ਦੇ ਵਿੱਚ ਕੇਸ ਨਹੀਂ ਸੀ ਹੋਣਾ ਹਰ ਇੱਕ ਨੂੰ ਕੰਨ ਹੋਨੇ ਸਨ ਤੇ ਅੱਜ ਇੱਕ ਗੱਲ ਮੈਂ ਇਹ ਵੀ ਕਵਾਂਗਾ ਕਿ ਇਨਸਾਫ ਤਾਡੇ ਤੋਂ ਮੰਗਨੇ ਪਏ ਆ ਸਾਨੂੰ ਭਰਪੂਰ ਤੇ ਕਿਹਨੇ ਇਨਸਾਫ ਦੇਵੋ ਔਰ ਜਿਹੜੇ ਬਾਹਰ ਜਾ ਕੇ ਗੱਲ ਕਰਦੇ ਨੇ ਤੇ ਜੀ ਪਾਕਿਸਤਾਨ ਚ ਅਕਲਿਆਤਾ ਮਫੂਜ਼ ਨੇ ਜਦੋਂ ਤੁਸੀਂ ਸਾਡੀ ਨੂੰ ਸਾਥ ਦੋਗੇ ਅਸੀਂ ਬਜ਼ਾਤੇ ਖੁਦ ਪੂਰੀ ਦੁਨੀਆ 'ਚ ਐਲਾਨ ਕਰਾਂਗੇ ਕਿ ਪਾਕਿਸਤਾਨ 'ਚ ਅਕਲਿਆਤਾ ਹਕੀਕਤ 'ਚ ਮਫੂਜ਼ ਹੈਗੀਆਂ ਨੇ ਮੇਰੀ ਗੱਲ ਅਗਰ ਸਮਝ ਆ ਜਾਵੇ ਤੇ ਮੈ ਸੁਣਨ ਵਾਲਿਆਂ ਨੂੰ ਦੇਖਣ ਵਾਲਿਆਂ ਨੂੰ ਤੇ ਮੈਂ ਉਹਨਾਂ ਸਾਰਿਆਂ ਲਈ ਸ਼ੁਕਰ ਵੀ ਗੁਜ਼ਾਰਾਂ ਜਿਹੜੇ ਸਾਡੇ ਪ੍ਰੋਗਰਾਮ ਵੇਖਦੇ ਸਾਨੂੰ ਬਿਹਤਰ ਕਮੈਂਟਸ ਕਰਦੇ ਨੇ ਤੇ ਹਕੂਮਤਿਆ ਲਾਗੇ ਵੀ ਕਿ ਉਹ ਸਾਨੂੰ ਇੱਕ ਅੱਛਾ ਜਵਾਬ ਦੇਣ ਤਾਂ ਕਿ ਅਸੀਂ ਪਾਕਿਸਤਾਨ ਦੀ ਆਵਾਜ਼ ਬਣ ਕੇ ਪੂਰੀ ਦੁਨੀਆ ਦੇ ਸਾਹਮਣੇ ਜਾ ਸਕੀਏ ਪਾਕਿਸਤਾਨ ਜ਼ਿੰਦਾਬਾਦ